ਜਦੋਂ ਗੁਰਲਾਲ ਕਹਿੰਦੇ ਮਾਝੇ ਦੇ ਖੇਡ ਮੈਦਾਨਾਂ ਦੇ ਵਿੱਚ ਉਤਰਿਆ ਨਾ ਤੇ ਦਰਸ਼ਕਾਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਵੀ ਸਾਡੀ ਖੇਡ ਕਬੱਡੀ ਦੇ ਵਿੱਚ ਮਾਝੇ ਦੀ ਕਬੱਡੀ ਦੇ ਵਿੱਚ ਦੂਜਾ ਸੁਖਮਨ ਆ ਗਿਆ। ਸੁਖਮਨ ਚੋਲੇ ਵਰਗਾ ਕਰਦਾ ਇਸ ਖਿਡਾਰੀ ਦਾ, ਇਹ ਗੁਰਲਾਲ ਸੋਹਲ ਹੈ, ਦੁਨੀਆਂ ਦਾ ਮੰਨਿਆ ਪ੍ਰਮੰਨਿਆ ਔਰ ਦੋ ਸਕੇ ਭਰਾ ਕੰਨੀਆਂ ਤੇ ਲੱਗੇ ਹੋਏ ਹੈ। ਇੱਕ ਪਾਸੇ ਫਰਿਆਦ ਪਰ ਗੁਰਲਾਲ ਕਿ ਲੰਬੀਆਂ ਲੰਬੀਆਂ ਲਾਂਘਾ ਭਰਦਾ ਲਾਂਘਾ ਗੁਰਲਾਲ ਆ ਗਿਆ ਮੇਰੇ ਵੀਰੋ। ਜਦ ਗੁਰਲਾਲ ਘਨੌਰ ਨੇ ਰੇਡ ਪਾਈ ਤੇ ਕਮੈਂਟੇਟਰ ਨੇ ਮਾਈਕ ਤੋਂ ਆਖਿਆ ਕਿ ਪੁਰਜਾਂ ਵਿੱਚੋਂ ਪੁਰਜ ਕਿਉਂ ਪੁਰਜ ਲਾਹੌਰ ਦਾ, ਲਾਲਾਂ ਵਿੱਚੋਂ ਲਾਲ ਕਿਉਂ ਗੁਰਲਾਲ ਘਨੌਰ ਦਾ, ਪਰ ਇਹ ਲਾਲ ਕਹਿੰਦੇ ਮੇਰੇ ਪੰਜਾਬੀ ਵੀਰੋ ਸੋਹਲ ਪਿੰਡ ਵਾਲਾ ਲਾਲ ਹੈ, ਇਹ ਗੁਰਲਾਲ ਹੈ। ਇਸ ਲਈ ਕਬੱਡੀ 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 ਨਹੀਂ ਉਹ ਰੀਸ ਹੈ ਗੁਰਲਾਲ। ਜਿਹਨਾਂ ਨੇ ਪੁੱਜ ਕੇ ਬਹੁਤ ਵੱਡਾ ਕੰਟਰੋਲ ਕੀਤਾ, ਬਹੁਤ ਬਹੁਤ ਧੰਨਵਾਦ। ਗੁਰਲਾਲ ਫਿਰ ਆ ਗਿਆ ਮੇਰੇ ਵੀਰੋ, ਸੋਹਲ ਪਿੰਡ ਵਾਲੇ ਗੁਰਲਾਲ ਦੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ। ਗੁਰਲਾਲ ਸੋਹਲ ਵਾਹਿਗੁਰੂ ਅਨੇਲਾ ਜੋਗੇ ਵਾਲੀਆ ਨੇਲਾ ਗੁਜਰਾਂ ਦਾ ਖੇਡਣ ਆਇਆ ਹੋਇਆ ਮਾਝੇ ਦੀ ਧਰਤੀ ਤੇ।